ਕਰ ਜੋ ਅੱਜ ਤਲਵੰਡੀ ਪਾਈ ਦੇ ਵਿੱਚ ਕਾਂਗਰਸ ਪਾਰਟੀ ਨੂੰ ਫਤਵਾ ਮਿਲਿਆ ਹੈ ਹੁੰਦੇ ਬਾਰੇ ਕੀ ਕਹੋਗੇ ਮੈਂ ਧਨਵਾਦੀ ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਬਰਿੰਦਰ ਸਿੰਘ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਸੂਝਵਾਨ ਲੋਕ ਸਮਝ ਕੇ ਮੇਰੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਚਲੋ ਮੈਂ ਵੀ ਆ ਤੀਸਰੀ ਵਾਰ ਹੁਣ ਬਣਨ ਜਾ ਰਿਹਾ ਤਾਂ ਮਤਲਬ ਸਾਰੇ ਹੀ ਸੂਝਵਾਨ ਮੇਰੇ ਮਿੱਤਰ ਜਿਹੜੇ ਸੀਗੇ ਬਹੁਤ ਢੰਗ ਨਾਲ ਉਹਨਾਂ ਨੇ ਇਲੈਕਸ਼ਨ ਲੜਿਆ ਸਾਡੇ ਐਮਐਲਏ ਸਾਹਿਬ ਜਿਹੜੇ ਸਤਕਾਰ ਕੌਰ ਗਹਿਰੀ ਉਹਨਾਂ ਨੇ ਵੀ ਬੜਾ ਮਦਦ ਸਾਡੀ ਕੀਤੀ ਤਾਂ ਅਸੀਂ 13 ਚੋਂ 9 ਸੀਟਾਂ ਕਾਂਗਰਸ ਦੀ ਝੋਲੀ ਪਾਈਆਂ ਔਰ 9 ਦੇ 9 ਜਿਹੜੇ ਹਨ ਉਹ ਬਹੁਤ ਵਧੀਆ ਮੇਰੇ ਮਿੱਤਰ ਨੇ ਸਾਰੇ ਨਾਲ ਤਾਂ ਅਸੀਂ 9 ਸੀਟਾਂ ਜਿਹੜੀਆਂ ਜਿੱਤ ਕੇ ਕਾਲੀ ਦਲ ਵੱਲੋਂ ਪਹਿਲਾਂ ਇਲਜ਼ਾਮ ਲਾਇਆ ਜਾ ਰਿਹਾ ਸੀ ਕਿ ਕਈ ਜਗ੍ਹਾ ਤੇ ਕਾਗਜ਼ ਨਹੀਂ ਪਰੰਦੇ ਦਿੱਤੇ ਜਾ ਰਹੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਹੈ ਅਸੀਂ ਤਾਂ ਆਪਦੇ ਹਲਕੇ ਦੀ ਗੱਲ ਕਰਾਂਗੇ ਕੋਈ ਹੱਥ ਖੜਾ ਕਰਕੇ ਕਵੇ ਅਸੀਂ ਇਹ ਜਿਹੜੇ ਆ ਕੱਚੇ ਇਮਤਿਹਾਨ ਦਿੱਤੇ ਆ ਜੀ ਜਿਹੜੇ ਦਸੰਬਰ ਵਾਲੇ ਇਮਤਿਹਾਨ ਦੇਤੇ ਆ ਤੇ ਹੁਣ ਮਾਰਚ ਅਪ੍ਰੈਲ ਵਾਲੇ ਜਿਹੜੇ ਇਮਤਿਹਾਨ ਨਾ ਐਮਐਲਏ ਦੇ ਉਹਦਾ ਰਿਜ਼ਲਟ ਇਹੀ ਵਧੀਆ ਹੋਣਾ ਵੀ ਅਸੀਂ ਜਿਹੜੇ ਆ ਇਮਤਿਹਾਨ ਦੇ ਕੇ ਅਸੀਂ ਪਾਸ ਹੋਏ ਆ ਕੱਚੇ ਇਮਤਿਹਾਨਾਂ ਚੋਂ ਪਾਸ ਹੋ ਗਏ ਤੇ ਪੱਕਿਆਂ ਚੋਂ ਵੀ ਸਾਨੂੰ ਉਮੀਦ ਆ ਵੀ ਅਸੀਂ ਪਾਸ ਹੋਵਾਂਗੇ ਪਹਿਲਾਂ ਵਾਰ ਸਰ ਕਿੰਨੀ ਵਾਰ ਤੁਸੀਂ ਆਪਣਾ ਤਾਜ ਪੋਸ਼ੀ ਤੁਹਾਡੇ ਤੋਂ ਹੋ ਚੁੱਕੀ ਹੈ ਪ੍ਰਧਾਨ ਜੀ ਮੈਂ ਦੋ ਵਾਰ ਪਹਿਲਾਂ ਪ੍ਰਧਾਨ ਬਣ ਚੁੱਕਾ ਹਾਂ ਇੱਕ ਵਾਰੀ ਮੈਂ ਜੂਨੀਅਰ ਵਾਈਸ ਪ੍ਰਧਾਨ ਬਣਿਆ ਇੱਕ ਵਾਰੀ ਮੈਂ ਸੀਨੀਅਰ ਵਾਈਸ ਪ੍ਰਧਾਨ ਬਣਿਆ ਚਾਰ ਵਾਰੀ ਮੈਂ ਇਹ ਸੌਂ ਚੱਕ ਚੁੱਕਾ ਹਾਂ ਜੀ ਸਰੋਬ ਕੋਤੋ ਤੁਹਾਡੀ ਟੀਮ ਨੂੰ ਕਿਸ ਤਰ੍ਹਾਂ ਮੋਟੀਵੇਟ ਕਰੋਗੇ ਮੋਟੀਵੇਟ ਹੈ ਜੀ ਵੀ 2008 ਤੋਂ ਮੈਂ ਲੱਗਾ ਹਾਂ ਇਸ ਸ਼ਹਿਰ ਨੂੰ ਮੈਂ ਸ਼ਿੰਗਾਰ ਕੇ ਰੱਖਿਆ ਹੈ ਹੁਣ ਜਿਹੜਾ ਮੈਨੂੰ ਨਾ ਤਜਰਬਾ ਬਹੁਤ ਹੋ ਗਿਆ ਪ੍ਰਧਾਨਗੀ ਦਾ ਤੇ ਕੰਮ ਕਿਵੇਂ ਕਰਨਾ ਹੈ ਤੇ ਮੇਰਾ ਖਿਆਲ ਹੈ ਵੀ ਕੈਪਟਨ ਸਾਹਿਬ ਦਾ ਵੀ ਇਸ਼ਾਰਾ ਹੈ ਵੀ ਮੈਨੂੰ ਬਣਾਉਣਗੇ ਐਮਐਲਏ ਸਾਹਿਬ ਦਾ ਵੀ ਇਸ਼ਾਰਾ ਮੈਨੂੰ ਬਣਾਉਣਗੇ ਜੇ ਮੈਨੂੰ ਹੁਣ ਪ੍ਰਧਾਨ ਬਣਾਉਂਦੇ ਆਉਣ ਵਾਲੇ ਸਮੇਂ 'ਚ ਤੇ ਮੈਂ ਦੱਸਾਂਗਾ ਵੀ ਚੰਡੀਗੜ੍ਹ ਤੇ ਤਲਵੰਡੀ 'ਚ ਕੋਈ ਫਰਕ ਨਹੀਂ ਐਨਾ ਕੰਮ ਕੀਤਾ ਨਗਰ ਕੌਂਸਲ ਦਾ ਦਫ਼ਤਰ ਜਿਹੜਾ ਬਣਾਇਆ ਉਹ ਵੀ ਬਹੁਤ ਟੌਪ ਕਲਾਸ ਹੈ ਸਾਰੇ ਪੰਜਾਬ 'ਚੋਂ ਇੱਕ ਇਹ ਸ਼ਹਿਰ ਐਸਾ ਤੁਸੀਂ ਦੇਖੋਗੇ ਵੀ ਚਾਹੇ 10 ਦਿਨ ਲਗਾਤਾਰ ਮੀਂਹ ਪਈ ਜਾਵੇ 20 ਮਿੰਟ ਤੋਂ ਬਾਅਦ ਇੱਥੇ ਪਾਣੀ ਦਾ ਤੁਮਕਾ ਨਹੀਂ ਖੜਾ ਹੁੰਦਾ ਤੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਮਾੜਾ-ਮੁੰਡਾ ਜਿਹੜਾ ਬਾਹਰਲੀਆ ਬਸਤੀਆਂ 'ਚ ਵਿਕਾਸ ਰਹਿੰਦਾ ਉਹ ਕਰ ਦਿਆਂਗੇ ਕੋਈ ਕਸਰ ਬਾਕੀ ਨਹੀਂ ਛੱਡਾਂਗਾ ਕਿਉਂਕਿ ਮੈਂ ਨਾ ਸਿਰਫ ਇਸੇ ਕੰਮ ਤੇ ਰਹਿੰਨਾ ਲੋਕਾਂ ਦੀ ਸੇਵਾ ਤੇ ਸੇਵਾ ਕਰਦਾ ਕਰਕੇ ਮੈਨੂੰ ਲੋਕਾਂ ਨੇ ਤੀਜੀ ਵਾਰ ਚੁਣਿਆ